ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਮੇਰਾ ਜਿਨ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ, ਸਾਚਾ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਚੜ੍ਹਦੀ ਕਲਾ ਜੀ ਫੋਟੋ ਲਾ ਦੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਲਵਜਿੰਦਰ ਸਿੰਘ ਜੀ ਅੱਜ ਸਿੰਘ ਸਾਹਿਬ ਇੱਥੇ ਸਮਿਤ ਗੁਰਦੁਆਰੇ ਆਏ, ਵਿਚਾਰਾਂ ਵੀ ਹੋਈਆਂ ਸਿੰਘਾਂ ਨਾਲ, ਅਤੇ ਉਹਨਾਂ ਸਟੇਜ 'ਤੇ ਵੀ ਵਿਚਾਰ ਦਿੱਤੇ ਆ। ਕਿੱਦਾਂ ਦੀ ਲੱਗੀ ਫੇਰੀ ਉਹਨਾਂ ਦੇ ਵਿਚਾਰ? ਕਿੱਦਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ 30.5 ਸਾਲ ਹੋ ਗਏ ਇੰਗਲੈਂਡ ਵਿੱਚ ਆਏ ਨੂੰ, ਪਰ ਮੈਂ ਜਿੰਨੇ ਵੀ ਜਸਰ ਇੱਥੇ ਆਏ ਆ ਉਹਨਾਂ ਦੇ ਮੁਕਾਬਲੇ ਸਭ ਤੋਂ ਇਹਨਾਂ ਦੀ ਉੱਤੋਂ ਫੇਰੀ ਰਹੀ ਆ। ਔਰ ਇਸ ਤਰ੍ਹਾਂ ਖੁੱਲ੍ਹੇ ਆਮ ਸੰਗਤਾਂ ਨੂੰ ਸੱਦਾ ਦੇਣਾ, ਉਹਨਾਂ ਨਾਲ ਗੱਲਬਾਤ ਕਰਨੀ, ਔਰ ਜੋ ਸੰਗਤਾਂ ਦੇ ਵਿੱਚ ਉਤਸ਼ਾਹ ਆ ਉਹ ਵੀ ਇੱਕ ਬੇਮਿਸਾਲ ਆ ਇਸ ਵਾਰ। ਸੋ ਇਹ ਜਿਹੜੀਆਂ ਜਿਹੜਾ ਉਹਨਾਂ ਨੂੰ ਪਰਮਾ ਹੁੰਗਾਰਾ ਮਿਲਿਆ, ਉਹ ਇਹ ਆਸ ਰੱਖਦੇ ਹਾਂ ਕਿ ਜਥੇਦਾਰ ਸਾਹਿਬ ਜੋ ਕੌਮੀ ਕਰੀਏ ਜਜ਼ਬੇ ਦੀ ਕੌਮੀ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਨਗੇ, ਔਰ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਆ ਉਹਨੂੰ ਦੁਬਾਰਾ ਮੁੜ ਬਹਾਲ ਕਰਨ ਵਾਸਤੇ ਉਹ ਕਾਮਯਾਬ ਹੋਣਗੇ। ਸੋ ਇਸ ਵਾਸਤੇ ਮੈਂ ਤੁਹਾਨੂੰ ਇਹ ਤਾਂ ਵੀ ਲਾਈਵ ਕਰ ਰਿਹਾ ਕਿ ਪੰਜਾਬ ਅੱਜ ਬੜੇਲ ਜੇਲ੍ਹ ਦੇ ਵਿੱਚ ਜੰਗ ਸਿੰਘ ਉਹਨਾਂ ਨੇ ਲਾਈਵ ਪ੍ਰੋਗਰਾਮ ਕੀਤਾ ਸੀ, ਉਹਨਾਂ ਨੇ ਇੱਕ ਸੁਨੇਹਾ ਦਿੱਤਾ ਸੀ। ਹਾਂਜੀ, ਭਾਈ ਲਵਜਿੰਦਰ ਸਿੰਘ ਜੀ ਨੂੰ ਬੇਨਤੀ ਆ ਕਿ ਉਹ ਜਥੇਦਾਰ ਸਾਹਿਬ ਦਾ ਸਹਿਯੋਗ ਦੇਣ। ਹਾਂਜੀ ਬਿਲਕੁਲ, ਆਪਾਂ ਤਾਂ ਜਿੱਦਣ ਕਮੈਂਟਰੀ ਆਏ ਸੀ ਪਹਿਲੀ ਵਾਰੀ, ਪਹਿਲਾ ਪ੍ਰੋਗਰਾਮ ਇਹ ਸੀਗਾ ਉਹਨਾਂ ਦਾ, ਉੱਦਣ ਹੀ ਉੱਥੇ ਗਏ ਸੀ, ਉਹਨਾਂ ਨੂੰ ਮਿਲੇ ਵੀ ਸੀ, ਤੁਹਾਨੂੰ ਯਾਦ ਹੋਵੇਗਾ। ਸੋ ਅੱਜ ਵੀ ਇੱਥੇ ਆਪਾਂ ਆਏ ਹਾਂ ਸਾਰੀਆਂ ਵਿਚਾਰਾਂ ਵੀ ਹੋਈਆਂ ਉਹਦੇ ਨਾਲ, ਅਤੇ ਬਹੁਤ ਤਸੱਲੀ ਬਖਸ਼ ਉਹਨੇ ਜਵਾਬ ਦਿੱਤੇ ਆ ਜੋ ਵੀ ਕੁਐਸਚਨ ਸੀਗੇ ਸੰਗਤਾਂ ਦੇ। ਸੋ ਇਹ ਪਹਿਲੀ ਵਾਰੀ ਹੋਇਆ ਵੀ ਇੰਨਾ ਖੁੱਲ੍ਹੇ ਆਮ ਕਿਸੇ ਜਥੇਦਾਰ ਨੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਹੋਵੇ, ਔਰ ਸੰਗਤਾਂ ਨੇ ਵੀ ਇੱਕ ਵਾਰੀ ਹੱਦ ਮੰਗਾ ਦਿੱਤੀ, ਇੰਨਾ ਭਰਮਾ ਉਤਸ਼ਾਹ ਦਿੱਤਾ। ਦੇਖੋ ਅਸੀਂ ਸਹਿਮਤ ਹਾਂ, ਬਾਕੀਆਂ ਦਾ ਮੈਂ ਕਹਿ ਨਹੀਂ ਸਕਦਾ, ਉਹਨਾਂ ਨੂੰ ਪਤਾ ਹੋਵੇਗਾ ਨਾ ਕਿਉਂ। ਚਰਨ ਸਿੰਘ ਹੋਣੀ ਸਹਿਮਤ ਆ, ਅਸੀਂ ਸਹਿਮਤ ਹਾਂ, ਅਤੇ ਬਾਕੀ ਕੁਲਦੀਪ ਸਿੰਘ ਸਹਿਮਤ ਆ, ਉਹ ਉਹਨੂੰ ਵੀ ਸਰੋਪਾ ਦਿੱਤਾ। ਸੋ ਬਾਕੀਆਂ ਬਾਰੇ ਮੈਂ ਨਹੀਂ ਕੁਛ ਕਹਿ ਸਕਦਾ ਭਾਈ, ਹੁਣ ਇਹ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ। ਅਸੀਂ ਆਪਾਂ ਜ਼ਰੂਰ ਸਹਿਮਤ ਹਾਂ, ਕਿਉਂਕਿ ਜਿਹੜਾ ਅਕਾਲ ਤਖਤ ਸਭ ਦਾ ਜਥੇਦਾਰ ਆ ਉਹ ਸਮੁੱਚੀ ਕੌਮ ਦਾ ਹੁੰਦਾ ਆ। ਜੇ ਆਪਾਂ ਕਹਿ ਦਈਏ ਵੀ ਐਸ ਜੀ ਪੀ ਸੀ ਨੇ ਉਹਨੂੰ ਬਣਾਇਆ ਆ, ਅਸੀਂ ਉਹਨੂੰ ਮੰਨਣਾ ਨਹੀਂਗਾ। ਅਤੇ ਜੋ ਜਿਹੜੇ ਆਪਣੇ ਜਥੇਦਾਰ ਭਾਈ ਜਥੇਦਾਰ ਸਾਧੂ ਸਿੰਘ ਭੌਰਾ ਹੋਏ ਆ ਉਹ ਵੀ ਐਸ ਜੀ ਪੀ ਸੀ ਨੇ ਬਣਾਏ ਸੀਗੇ, ਔਰ ਜਿਹੜੇ ਗੁਰਦਾਸ ਸਿੰਘ ਅੰਗੋਹਾ ਉਹ ਵੀ ਐਸ ਜੀ ਪੀ ਸੀ ਨੇ ਬਣਾਏ ਸੀ, ਔਰ ਜਿੰਨੇ ਪਿਛਲੇ ਸਮਿਆਂ ਵਿੱਚ ਇੰਗਲੈਂਡ ਵਿੱਚ ਆਏ ਆ ਜਿੰਨੇ ਜਥੇਦਾਰ 5-6 ਪ੍ਰੋਫੈਸਰ ਦਰਸ਼ਨ ਸਿੰਘ ਤੋਂ ਬਾਅਦ ਜਿੰਨੇ ਵੀ ਆਏ ਆ ਉਹਦੇ ਸਣੇ, ਉਹ ਸਾਰੇ ਇਹਨਾਂ ਨੇ ਹੀ ਬਣਾਏ ਸੀਗੇ। ਸੋ ਕਿਉਂਕਿ ਜਦ ਉੱਤੇ ਸਿਸਟਮ ਹੀ ਇਹ ਆ, ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਅੰਡਰੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹਦੇ ਆ, ਅਤੇ ਉਹਦੇ ਵਾਸਤੇ ਜਿੰਨਾ ਚਿਰ ਆਪਣੇ ਕੋਈ ਸਾਰਥਕ ਹੱਲ ਨਹੀਂ ਹੁੰਦਾ। ਸੋ ਆਪਾਂ ਨੂੰ ਇਹ ਇਸ ਕਰਕੇ ਆਪਾਂ ਚਾਹੁੰਦੇ ਜਿਹੜਾ ਜਥੇਦਾਰ ਆ ਉੱਥੇ ਸੁਤੰਤਰ ਹੋਵੇ, ਆਜ਼ਾਦ ਹੋਵੇ। ਸੋ ਇਸ ਤਰ੍ਹਾਂ ਉਹੀ ਉਹ ਕੌਮ ਦੀ ਤਰਜਮਾਨੀ ਕਰੇ, ਕੌਮੀ ਭਾਵਨਾਵਾਂ ਦਾ ਅੱਗੇ ਹੋ ਕੇ ਉਹ ਅਗਵਾਈ ਕਰਨ। ਸੋ ਵਾਹਿਗੁਰੂ ਜੀ ਕਾ ਖਾਲਸਾ।